ਪੰਜਾਬੀ ਯੂਨੀਵਰਸਿਟੀ ਗਏ ਸੀ ਅਸੀਂ ਧਰਨਾ, ਠੀਕ ਹੈ, ਸਟੂਡੈਂਟਾਂ ਨੇ ਉੱਥੇ ਸਟ੍ਰਾਈਕ ਕੀਤੀ ਗਈ ਹੈ, ਉਹ ਬਾਬੇ ਸੀ ਸੀ ਵਾਲੇ ਸਟੂਡੈਂਟ ਨੇ ਸਾਰੇ, ਅਤੇ ਜਿਹਨੇ ਜਿਹੜੇ ਬੀ ਏ ਕਰਦੇ ਆ, ਐੱਮ ਏ ਕਰਦੇ ਆ, ਠੀਕ ਹੈ, ਉਹਨਾਂ ਨੂੰ ਬਾਬੇ ਨਾ ਤਾਂ ਕੋਈ ਮਟੀਰੀਅਲ ਚੱਜ ਦਿੱਤਾ ਜਾਂਦਾ, ਨਾ ਉਹਨਾਂ ਨੂੰ ਨੋਟਸ, ਨਾ ਕੁਛ ਹੋਰ ਲੈਣਾ ਦੇਣਾ, ਨਾ ਉਹਨਾਂ ਦਾ ਰੋਲ ਨੰਬਰ ਟਾਈਮ ਸਿਰ ਪਹੁੰਚਦਾ। ਅਤੇ ਬਾਬੇ ਜਿਹੜੇ ਕਲਾਸਾਂ ਲੱਗਦੀਆਂ ਸੀ ਪਹਿਲਾਂ ਉਹਨਾਂ ਦੀਆਂ, ਪਹਿਲਾਂ ਤਾਂ 15 ਦਿਨ ਦੀਆਂ ਸੀਗੀਆਂ, ਫਿਰ 7 ਦਿਨ ਦੀਆਂ ਹੋ ਗਈਆਂ, ਹੁਣ 3 ਦਿਨ ਦੀਆਂ ਕਲਾਸਾਂ ਲੱਗਦੀਆਂ ਨੇ ਉਹਨਾਂ ਦੀਆਂ। ਅਤੇ ਬਾਬੇ ਇੱਕ ਗੱਲ ਹੋਰ, ਉਹਨਾਂ ਦੀ ਪਹਿਲਾਂ 25 ਨੰਬਰ ਦੀ ਅਸੈਸਮੈਂਟ ਲੱਗਦੀ ਹੁੰਦੀ ਸੀਗੀ, ਅਤੇ ਅਸੈਸਮੈਂਟ ਵੀ ਉਹਨਾਂ ਦੀ ਹੁਣ ਉਹ 25 ਨੰਬਰ ਕੱਟ ਤਿਆ ਕਿ ਤੁਸੀਂ 100 ਦੇ 100 ਨੰਬਰ ਦਾ ਤੁਹਾਨੂੰ ਪੇਪਰ ਆਊਗਾ। ਫਿਰ ਬਾਬੇ ਸੀ ਸੀ ਵਾਲੇ ਸਟੂਡੈਂਟ ਅਤੇ ਪ੍ਰਾਈਵੇਟ ਵਾਲਿਆਂ 'ਚ ਕੀ ਅੰਤਰ ਰਹਿ ਗਿਆ, ਫੀਸਾਂ ਉਹਨਾਂ ਤੋਂ 19 ਲੈਤੀਆਂ ਜਾਂਦੀਆਂ ਨੇ ਜਿੰਨੇ ਰੈਗੂਲਰ ਵਾਲਿਆਂ ਦੀਆਂ ਨੇ, ਪ੍ਰਾਈਵੇਟ ਸਟੂਡੈਂਟਾਂ ਦੀ ਫੀਸਾਂ ਘੱਟ ਨੇ, ਇਹਦਾ ਮਤਲਬ ਫਿਰ ਉਹਨਾਂ ਤੋਂ ਉਹ ਫੀਸਾਂ ਲੈਤੀਆਂ ਜਾਂਦੀਆਂ ਪ੍ਰਾਈਵੇਟ ਵਾਲਿਆਂ ਦੀਆਂ, ਠੀਕ ਹੈ, ਮੰਗ ਹੈ ਸਟੂਡੈਂਟਾਂ ਦੀਆਂ। ਸਹੀ ਗੱਲ ਹੈ ਭੈਣ ਚੋ, ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਪਟਿਆਲੇ ਵਾਲੀ, ਇਹ ਬਹੁਤ ਜ਼ਿਆਦਾ ਧੱਕਾ ਕਰਦੀ ਹੈ, ਠੀਕ ਆ, ਇਹਨਾਂ ਨੇ ਪਹਿਲਾਂ ਵੀ ਬਹੁਤ ਗੋਲ ਕੀਤਾ, ਆਹ ਦੇਖ ਲਓ ਪਹਿਲਾਂ DMC 'ਚ ਬਹੁਤ ਜ਼ਿਆਦਾ, ਠੀਕ ਆ, RLR ਪਾ ਕੇ ਭੇਜ ਦਿੰਦੇ ਆ, ਉਹੀ ਬਿਨਾਂ ਮਤਲਬ ਤੋਂ ਸਾਰਾ ਕੰਮ ਇਹ ਯੂਨੀਵਰਸਿਟੀ ਦੇ ਅੰਡਰ ਹੁੰਦਾ ਵੀ ਉਹਨਾਂ ਨੇ ਚੈੱਕ ਕਰਨਾ ਹੁੰਦਾ ਸਾਰਾ, ਬਾਅਦ 'ਚ ਸਟੂਡੈਂਟ ਨੂੰ ਧੱਕੇ ਦੇ ਜਾਣਗੇ ਵੀ ਇੱਥੇ ਜਾਓ ਨਾ, ਇੰਨਾ ਸਟਾਫ ਗੰਦਾ ਮੇਰਾ ਵਾਲਾ ਨਾ ਕੋਈ ਦੱਸਦਾ। ਪੰਜਾਬੀ ਯੂਨੀਵਰਸਿਟੀ ਸਿਸਟਮ ਜਮਾਂ ਹੱਲ ਚੁੱਕਿਆ, ਠੀਕ ਹੈ ਬਾਬੇ, ਇੱਥੇ ਕੋਈ ਫਾਇਦਾ ਨਹੀਂ ਸਟੱਡੀ ਕਰਦਾ, ਸਟੂਡੈਂਟਾਂ ਨੂੰ ਨਾ ਕੋਈ ਨੋਟਸ ਮਿਲਦਾ, ਨਾ ਰੋਲ ਨੰਬਰ ਟਾਈਮ ਤੇ ਪਹੁੰਚਦਾ, ਨਾ ਕੋਈ ਰਿਜ਼ਲਟ ਸਹੀ ਤਰ੍ਹਾਂ ਪਹੁੰਚਦਾ ਸਟੂਡੈਂਟਾਂ ਦਾ। ਇਹ ਤੋਂ ਵਧੀਆ ਭਾਈ ਚੰਡੀਗੜ੍ਹ ਜਾਓ, ਪੰਜਾਬ ਯੂਨੀਵਰਸਿਟੀ ਦੇ ਵਿੱਚ 1 ਨੰਬਰ ਯੂਨੀਵਰਸਿਟੀ ਆ ਬਸ। ਠੀਕ ਹੈ ਬਾਬੇ, ਧੰਨਵਾਦ, ਜੈ ਹਿੰਦ, ਜੈ ਹਿੰਦ।